ਆ ਤੂੰ ਆ ਤੂੰ ਫਲਾਣਾ ਟਿਮਣਾ ਮੈਂ ਉਦੋਂ ਇਹ ਗੱਲ ਕਹੀ ਸੀ ਕਿ ਬਾਈ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ। ਸੋ ਗਾਇਸ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਜਿੱਦਾਂ ਕਿ ਸਿੰਘ ਫੈਮ ਯੂਟਿਊਬਰ 'ਤੇ ਆਪਾਂ ਗੱਲ ਕਰਦੇ। ਸੋ ਗਾਇਸ ਜਿੱਦਾਂ ਕਿ ਤੁਹਾਨੂੰ ਪਤਾ ਹੀ ਸਿੰਘ ਫੈਮ ਯੂਟਿਊਬਰ ਨੇ ਸਿੱਧਾ ਸਿੱਧਾ ਜਿੱਦਾਂ ਕਿ ਆਪਣੇ ਯੂਟਿਊਬ 'ਤੇ ਇੱਕ ਪੋਸਟ ਪਾ ਕੇ ਦੱਸ ਦਿੱਤਾ ਸੀ ਕਿ ਉਹ ਅਲੱਗ ਹੋ ਚੁੱਕੇ ਆ, ਅਤੇ ਕੁਝ ਲੋਕਾਂ ਵੱਲੋਂ ਜਿੱਦਾਂ ਕਿ ਦੀਕਸ਼ਾ 'ਤੇ ਇਲਜ਼ਾਮ ਵੀ ਲਗਾਏ ਜਾ ਰਹੇ ਸੀ ਕਿ ਉਹ ਕਿਸੇ ਹੋਰ ਨਾਲ ਜਿੱਦਾਂ ਕਿ ਭੱਜ ਗਈ ਆ। ਬਟ ਇਹ ਗਲਤ ਜਿੱਦਾਂ ਕਿ ਖਬਰਾਂ ਨਾ ਫੈਲਾਓ। ਸੋ ਜਿੱਦਾਂ ਕਿ ਉਸ ਵੱਲ ਲੋਕਾਂ ਦੇ ਸਵਾਲ ਸਨ ਕਿ ਬੱਚੇ ਕਿਸ ਕੋਲ ਰਹਿ ਰਹੇ ਆ, ਅਤੇ ਉਹ ਵੀ ਲੋਕਾਂ ਦੇ ਸਵਾਲ ਸਨ। ਅਤੇ ਇੱਕ ਵੀਡੀਓ ਸਾਹਮਣੇ ਇੱਕ ਨੌਜਵਾਨ ਦੀ ਜਿਸ ਵਿੱਚ ਉਹਨੇ ਬਹੁਤ ਗੱਲਾਂ ਕੀਤੀਆਂ ਕਪਲਸ ਬਾਰੇ ਅਤੇ ਕੀ ਕਿਹਾ ਉਹਨਾਂ ਨੇ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ। ਗਾਇਸ ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਬਹੁਤ ਚਿਰ ਪਹਿਲਾਂ ਨਾ, ਇੱਕ ਸਾਲ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਵੀ ਜਿਹੜੇ ਕਪਲ ਸੋਸ਼ਲ ਮੀਡੀਆ 'ਤੇ ਜ਼ਿਆਦਾ ਮਤਲਬ ਦਿਖਾਉਂਦੇ ਆ ਵੀ ਸਾਡੇ 'ਚ ਬਹੁਤ ਜ਼ਿਆਦਾ ਪਿਆਰ ਹੈ, ਸਾਡੇ 'ਚ ਆਏ ਆ, ਮਤਲਬ ਲੱਤਾਂ ਲੁੱਤਾਂ ਘੁੱਟਦੇ ਚਲੋ ਕਹਿ ਲਈਏ, ਹੈ ਨਾ। ਅਤੇ ਉਦੋਂ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ, ਤੂੰ ਆਇਆ ਤੂੰ ਆਉਂ ਤੂੰ ਫਲਾਣਾ ਢਿਮਣਾ। ਮੈਂ ਉਦੋਂ ਇਹ ਗੱਲ ਕਹੀ ਸੀ ਕਿ ਬਾਈ ਜਿਹੜਾ ਪਿਆਰ ਹੁੰਦਾ ਨਾ, ਪਿਆਰ ਪੜਦੇ 'ਚ ਵਧੀਆ ਲੱਗਦਾ, ਇਹ ਸੋਸ਼ਲ ਮੀਡੀਆ 'ਤੇ ਨਹੀਂ। ਠੀਕ ਆ, ਜਿਹੜਾ ਕਰਦਾ ਉਹ ਕਰਦਾ, ਉਹ ਜਿਤਾਉਂਦਾ। ਅਤੇ ਹੁਣ ਤੁਸੀਂ ਦੇਖਿਆ ਹੀ ਹੈ ਇੱਕ, ਮਤਲਬ ਮੈਨੂੰ ਨਾਂ ਨਹੀਂ ਪਤਾ ਵੀ, ਵੀਡੀਓ ਸਾਹਮਣੇ ਆਉਂਦੀਆਂ ਨੇ, ਯੂਟਿਊਬਰ ਹੈ ਕੋਈ, ਅਤੇ ਲੋਕ ਕਹਿੰਦੇ ਇਹਨਾਂ ਦੇ ਤਾਂ ਬਹੁਤ ਜ਼ਿਆਦਾ ਪਿਆਰ ਦਿਖਾਉਂਦੇ ਸੀ, ਐਂ ਸੀ ਉਹ ਸੀ, ਹੈ ਨਾ, ਵੀ ਇਹ ਕਿੱਦਾਂ ਡੋਰੇ। ਬਾਈ ਇਹ ਸੋਸ਼ਲ ਮੀਡੀਆ ਇਹ ਸਭ ਝੂਠ ਹੈ, ਮੈਂ ਵੀ ਝੂਠ ਹਾਂ, ਜੋ ਅਸਲ 'ਚ ਬੰਦਾ ਹੁੰਦਾ ਉਹ ਸੋਸ਼ਲ ਮੀਡੀਆ 'ਤੇ ਨਹੀਂ ਹੁੰਦਾ, ਇਹ ਗੱਲ ਸਮਝੋ। ਜੋ ਹਾਂਜੀ ਗਾਇਸ ਤੁਸੀਂ ਦੇਖ ਹੀ ਲਿਆਉਣੀ ਵੀਡੀਓ ਗਾਇਸ, ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਆ ਕਪਲ ਹੁੰਦੇ ਆ ਇੱਕ ਫੇਕ ਜਿੱਦਾਂ ਕਿ ਪਿਆਰ ਦਿਖਾਉਂਦੇ ਆ। ਬਾਕੀ ਗਾਇਸ ਤੁਸੀਂ ਦੇਖ ਹੀ ਸਕਦੇ ਹੋ, ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਆਪਣੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਸੋ ਗਾਇਸ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।